ਬੈਠਣਾ ਕੇ ਬੈਠਣਾ ਗੱਲ ਡੋ ਕੇ ਸ਼ੈਤਾਨ ਨੂੰ ਲਾਨਤ ਲੱਗਦੀ ਫਿਰਦੀ ਦੁਨੀਆ ਤੇ ਉਸ ਸ਼ੈਤਾਨ ਨੂੰ ਲਾਨਤ ਲੱਭਦੀ ਫਿਰਦੀ ਆਬਦ ਜ਼ਾਹਿਦ ਸਜਵਾਵੇ ਲੰਗਰ ਵੀ ਉਸਦਾ ਖਾਵੇ ਆਬਦ ਜ਼ਾਹਿਦ ਸਜਵਾਵੇ ਲੰਗਰ ਵੀ ਉਸਦਾ ਖਾਵੇ ਫਿਰ ਭੋਗੇ ਜੋ ਮੋਹਸਨ ਤੂੰ ਉਸ ਚਵਲਾ ਦੇ ਸੁਲਤਾਨ ਨੂੰ ਲਾਨਤ ਲੱਭਦੀ ਫਿਰਦੀ ਜ਼ਿੰਦਗੀ ਹੋਵੇ ਮੌਲਾ ਰੰਗ ਲਾਵੇ ਜ਼ਿਕਰ ਨਸੀਬ ਹੋਵੇ ਬਗੈਰ ਕਿਸੇ ਤੌਜੀਓ ਤਸ਼ਰੀਹ ਦੇ ਪਹਿਲਾ ਸ਼ੇਰ ਮੌਲਾ ਦਾ ਕਿਉਂ ਨਹੀਂ ਸਾਰਾ ਦੁਨੀਆ ਤੇ ਵਾਹਿਦ ਓ ਇਜ਼ਤਾਂ ਵਾਲੀ ਬੀਬੀ ਸਾਰਾ ਦੁਨੀਆ ਤੇ ਵਾਹਿਦ ਓ ਇਜ਼ਤਾਂ ਵਾਲੀ ਬੀਬੀ ਖੁਦ ਪਾਕ ਮੁਹੰਮਦ ਉੱਠ ਕੇ ਤਾਜ਼ੀਮ ਹੈ ਜਿਸ ਦੀ ਕੀਤੀ ਖੁਦ ਪਾਕ ਮੁਹੰਮਦ ਉੱਠ ਕੇ ਤਾਜ਼ੀਮ ਹੈ ਜਿਸ ਦੀ ਕੀਤੀ ਉਹਦਾ ਕੋਈ ਫਿਦਕ ਜਖਾਵੇ ਸਤਾਵੇ ਉਸ ਬੇਗੈਰਤ ਬੇਈਮਾਨ ਨੂੰ ਲਾਨਤ ਲੱਭਦੀ ਫਿਰਦੀ ਤਕਰੀਬਨ ਬਿਸਮਿਲ੍ਲਾ 7-8 ਸਾਲ ਤੋਂ ਮੈਂ ਜ਼ਿਲ੍ਹਾ ਜੰਗ ਵਿੱਚ ਪੜ੍ਹਦਾ ਪਿਆ ਤੇ ਮੇਰਾ ਖਿਆਲ ਇੰਨਾ ਕਰਸਾ ਹੋ ਗਿਆ ਮੈਨੂੰ 7-8 ਸਾਲ ਹੋ ਗਏ ਜ਼ਿਲ੍ਹਾ ਜੰਗ ਵਿੱਚ ਮੈਂ ਨੌਕਰੀ ਦੇ ਨਾਲ ਬਿਸਮਿਲ੍ਲਾ ਜੀ ਮੈਂ ਬਿਸਮਿਲ੍ਲਾ ਕਰਾਂ ਨਿਆਜ਼ ਮੌਲਾ ਨਾਰਾਜ਼ ਨਾ ਹੋ ਮੈਂ ਮੁਰਸ਼ਦਾਦੀ ਦੀ ਅਤਾ ਹੈ ਜੋ ਵੀ ਹੈ ਇਹ ਭੈਣ ਤੇ ਭਰਾਵਾਂ ਦੀ ਅਤਾ ਹੈ ਉਹ ਪੰਜਾਬੀ 'ਚ ਇੱਕ ਮਿਸਾਲ ਦਿੰਦੇ ਹੋ ਨਾ ਜੇ ਮੈਂ ਵੇਖਾਂ ਆਪਣੇ ਵੱਲੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਉਹਦੀ ਰਹਿਮਤ ਵੱਲੇ ਬੱਲੇ ਬੱਲੇ ਇਹ ਹਕੀਕਤ ਹੈ ਇਹਨੂੰ ਅਗਰ ਸੋਚਿਆ ਜਾਵੇ ਨਾ ਤੇ ਗੱਲ ਉਹ ਹੀ ਹੈ ਤੋ ਇਹ ਜਿਹੜੀਆਂ ਦੋ ਸਾਨੀਆਂ ਜਨਾਬ ਦੀ ਨਜ਼ਰ ਕਰਨ ਲੱਗਾ ਮੈਂ ਪੂਰੇ ਮੁਲਕ 'ਚ ਪੜਿਆ ਸਮਝੋ ਦੋ ਜ਼ਖੀਏ ਸ਼ੁਰੂ ਕੀਤਾ ਹੀ ਕਸੀਦਾ ਕਿਬਲਾ ਮੁਹੰਮਦ ਅਲੀ ਗੌਰ ਸਾਹਿਬ ਚੂਣੀਆਂ ਵਾਲੇ ਜ਼ਾਕਿਰ ਜਾਣਦੇ ਮਲਕ ਅਲੀ ਜਾਫਰ ਸਾਹਿਬ ਦੇ ਉਸਤਾਦ ਉਹਨਾਂ ਲਿਖਿਆ ਹੀ ਸਮਝੋ ਦੋ ਜ਼ਖੀ ਇਹਦੇ ਵਿੱਚ ਫਿਰ ਮੈਂ ਸਾਨੀਆਂ ਲਿਖੀਆਂ ਪੂਰੇ ਮੁਲਕ 'ਚ ਪੜਿਆ ਫਿਰ ਇਸੇ ਨੂੰ ਇਸਦੇ ਐਂਗਲ ਚੇਂਜ ਕਰ ਕਰਕੇ ਕਿਸੇ ਪੜਿਆ ਪੱਕਾ ਉਲਾਨਤੀ ਮਸਲਨ ਅਤਾ ਹੁਸੈਨ ਮਹਾਜਰ ਸਾਹਿਬ ਨੇ ਜ਼ਾਕਿਰ ਅਲੀ ਬੈਤ ਨੇ ਉਹਨਾਂ ਪੜਿਆ ਪੱਕਾ ਉਲਾਨਤੀ ਏ ਕਿਸੇ ਪੜਿਆ ਪੱਕਾ ਉਹ ਜਨਤੀ ਏ ਯਾਨੀ ਜਨਤੀਆਂ ਵਾਲੇ ਕੰਮ ਕਰੇ ਸੀ ਤੇ ਪੱਕਾ ਉਹ ਜਨਤੀ ਏ ਮੈਂ ਪੜਿਆ ਸਮਝੋ ਦੋਜ਼ਖੀ ਪੂਰੇ ਮੁਲਕ ਹੁਣ ਇਸਦਾ ਐਂਗਲ ਥੋੜ੍ਹਾ ਜਿਹਾ ਹੋਰ ਚੇਂਜ ਕੀਤਾ ਹੈ ਉਹ ਇਸ ਵਾਸਤੇ ਨੈੱਟ ਦਾ ਦੌਰ ਹੈ ਨਾ ਕੰਪਿਊਟਰ ਦਾ ਦੌਰ ਹੈ ਨਾ ਤੇ